ਖਬਰ ਲੈਂਦੇ ਹਾਂ ਗੜ ਸ਼ੰਕਰ ਤੋਂ। ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਦੇ ਅਨੁਸਾਰ ਗੜ ਸ਼ੰਕਰ ਇਲਾਕੇ ਦੀ ਸੁੱਖ ਸ਼ਾਂਤੀ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਕ੍ਰਿਸ਼ਨ ਲੀਲਾ ਮੇਲੇ ਦੇ ਸੰਬੰਧ ਵਿੱਚ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ ਸ਼ੰਕਰ ਵੱਲੋਂ ਸ਼੍ਰੀ ਰਾਮਾ ਮੰਦਰ ਦੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ 'ਤੇ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੇ ਮੋਹਤਵਾਰਾਂ ਦੀ ਮੌਜੂਦਗੀ ਵਿੱਚ ਝੰਡੇ ਦੇ ਨਾਲ ਸ਼ਹਿਰ ਦੀ ਪਰੰਪਰਾ ਕਰਕੇ ਗਊਸ਼ਾਲਾ ਗੜ ਸ਼ੰਕਰ ਵਿਖੇ ਝੰਡਾ ਸਮਾਪਤ ਕੀਤਾ ਗਿਆ। ਇਸ ਮੌਕੇ 'ਤੇ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਹ ਮੇਲਾ 21 ਨਵੰਬਰ ਤੋਂ 27 ਨਵੰਬਰ ਤੱਕ ਕਰਵਾਇਆ ਜਾਂਦਾ ਹੈ ਔਰ ਜਿਸ ਦੇ ਵਿੱਚ ਰਾਸਲੀਲਾ, ਕਬੱਡੀ ਅਤੇ ਕੁਸ਼ਤੀਆਂ ਵਗੈਰਾ ਕਰਵਾਈਆਂ ਜਾਂਦੀਆਂ ਨੇ। ਵੇਖੋ ਪੂਰੀ ਖਬਰ। ਅੱਜ ਅਸੀਂ ਸ਼੍ਰੀ ਕ੍ਰਿਸ਼ਨ ਲੀਲਾ ਦਾ ਮੇਲਾ ਜਿਹੜਾ ਸਦੀਆਂ ਪੁਰਾਣਾ ਸਾਡਾ ਇਤਿਹਾਸਕ ਹੈ ਜਿਹੜਾ, ਅੱਜ ਅਸੀਂ ਉਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਹ ਮੇਲਾ ਸਾਡਾ ਬਹੁਤ ਹੀ ਸਦੀਆਂ ਪੁਰਾਣਾ, ਸਾਡੇ ਬਜ਼ੁਰਗਾਂ ਤੋਂ ਵੀ ਪਹਿਲਾਂ ਸ਼ਾਇਦ ਚੱਲ ਰਿਹਾ ਹੈ। ਸਾਨੂੰ ਇਹਦੇ ਬਾਰੇ ਬਹੁਤ ਜਾਣੀ ਸਿਆਣੇ ਦੱਸਦੇ ਆ ਵੀ ਜਿਹੜਾ ਮੇਲਾ ਕਸ਼ਮੀਰ ਦਾ ਬਹੁਤ ਪੁਰਾਣਾ ਮੇਲਾ ਹੈ। ਇਹ ਸ਼ਹਿਰ ਦੀ ਨਗਰ ਦੀ ਸੁੱਖ ਸ਼ਾਂਤੀ ਦੇ ਲਈ ਜਿਹੜਾ ਇਹ ਮੇਲਾ ਕਰਾਇਆ ਜਾਂਦਾ ਹੈ। ਅਸੀਂ ਭਗਵਾਨ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੇ ਸ਼ਹਿਰ ਨੂੰ ਸੁੱਖ ਸ਼ਾਂਤੀ ਬਖਸ਼ੇ ਅਤੇ ਸਾਡੇ ਜਿਹੜੇ ਸ਼ਹਿਰ ਦੀ ਹੈ ਚੜ੍ਹਦੀ ਕਲਾ ਬਖਸ਼ੇ। ਤਾਂ ਅੱਜ ਜਿਹੜਾ ਅਸੀਂ ਨਗਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਮੇਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਤੇ 21 ਨਵੰਬਰ ਤੋਂ ਚੱਲ ਕੇ ਜਿਹੜਾ 27 ਨਵੰਬਰ ਤੱਕ ਚੱਲੇਗਾ, ਤਾਂ 24 ਨਵੰਬਰ ਨੂੰ ਸਾਡੀ ਜਿਹੜੀ ਹੈ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਨਿਕਾਲੀ ਜਾਊਗੀ। ਸੋ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਮੇਲੇ ਦੇ ਵਿੱਚ ਹੁੰਮ ਹਮਾ ਕੇ ਪਹੁੰਚੋ। ਅੱਜ ਸ਼੍ਰੀ ਕ੍ਰਿਸ਼ਨ ਲੀਲਾ ਮੇਲਾ ਸਾਲ 2023 ਦਾ ਆਗਾਜ਼ ਸ਼ੁਰੂ ਹੋ ਰਿਹਾ ਹੈ ਜੀ। ਜ਼ਿਲ੍ਹੇ ਧਵਜਾਰੋਹਣ ਦੀ ਯਾਤਰਾ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਲੀਲਾ ਗਰਾਊਂਡ ਦੇ ਵਿੱਚ ਗਊਸ਼ਾਲਾ ਦੇ ਲਾਗੇ ਪਹੁੰਚੇਗੀ। ਇਹ ਮੇਲਾ 21 ਨਵੰਬਰ ਤੋਂ 27 ਨਵੰਬਰ ਤੱਕ ਚੱਲੇਗਾ। ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਮੇਲੇ ਵਿੱਚ ਪਹੁੰਚੋ ਅਤੇ ਇਸਦੀ ਰੌਣਕ ਲਾਓ ਅਤੇ ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਬੋਲ ਬਾਂਕੇ ਬਿਹਾਰੀ ਨਾਲ। ਗੜ ਸ਼ੰਕਰ ਤੋਂ ਬਿੱਟੂ ਚੌਹਾਨ ਦੀ ਰਿਪੋਰਟ।